ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਮਾਰਚ 2021 ਦੇ ਵਿੱਚ 22425 ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ। ਮਤਲਬ ਇਹ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਸਾਲ 2021 ਦੇ ਮਾਰਚ ਮਹੀਨੇ ਦੇ ਦੌਰਾਨ 22425 ਲੋਕਾਂ ਨੂੰ ਕੈਨੇਡਾ 'ਚ ਪੱਕੇ ਕੀਤਾ ਗਿਆ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੇ ਵੱਲੋਂ ਅੰਕੜੇ ਜਾਰੀ ਕੀਤੇ ਗਏ ਹਨ ਅਤੇ ਇਹਨਾਂ ਅੰਕੜਿਆਂ ਦੇ ਮੁਤਾਬਕ ਸਾਲ 2021 ਦੇ ਪਹਿਲੇ ਕੁਆਟਰ ਦੇ ਦੌਰਾਨ 70000 ਲੋਕਾਂ ਦਾ ਸਵਾਗਤ ਕੀਤਾ ਗਿਆ। ਮਤਲਬ ਇਹ ਕਿ 70000 ਲੋਕਾਂ ਨੂੰ ਕੈਨੇਡਾ ਦੇ PR ਦਿੱਤੀ ਗਈ। ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਦੌਰਾਨ ਸਾਲ 2021-2023 ਦੇ ਲਈ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਅਨੁਸਾਰ ਕੈਨੇਡਾ ਦੇ ਵੱਲੋਂ ਇਹ ਟੀਚਾ ਰੱਖਿਆ ਗਿਆ ਸੀ ਕਿ ਹਰ ਸਾਲ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਸਾਲ 2021 ਦੇ ਲਈ ਰੱਖੇ ਗਏ ਟੀਚੇ ਦੀ ਜੇਕਰ ਗੱਲ ਕਰੀਏ ਤਾਂ ਇਹ ਟੀਚਾ 4 ਲੱਖ 1000 ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਇਸ ਗੱਲ ਵੱਲ ਬਹੁਤ ਚੰਗਾ ਸੰਕੇਤ ਦੇ ਰਹੇ ਹਨ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਸਾਲ 2021 ਦੇ ਲਈ ਰੱਖੇ ਗਏ ਆਪਣੇ ਟੀਚੇ ਨੂੰ ਪੂਰਾ ਕਰਨ ਦੇ ਲਈ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਜੇਕਰ ਅਸੀਂ ਪਿਛਲੇ ਸਾਲ ਦੇ ਬਾਰੇ ਗੱਲ ਕਰੀਏ ਤਾਂ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਆਉਣ ਦੇ ਕਾਰਨ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਵੀ ਬਹੁਤ ਪ੍ਰਭਾਵਿਤ ਹੋਇਆ ਅਤੇ ਕੈਨੇਡਾ ਦੇ ਵੱਲੋਂ ਪਿਛਲੇ ਸਾਲ ਦਾਰਨ ਸਿਰਫ 184000 ਪ੍ਰਵਾਸੀਆਂ ਦਾ ਹੀ ਸਵਾਗਤ ਕੀਤਾ ਗਿਆ ਅਤੇ ਹੁਣ ਜਿਵੇਂ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਸਖਤ ਟਰੈਵਲ ਰੈਸਟ੍ਰਿਕਸ਼ਨਸ ਯਾਨੀ ਕਿ ਯਾਤਰਾ ਪਾਬੰਦੀਆਂ ਲਾਗੂ ਹਨ ਅਤੇ ਕੈਨੇਡਾ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਨੂੰ ਪੀਆਰ ਦੇ ਲਈ ਪਹਿਲ ਦਿੱਤੀ ਜਾ ਰਹੀ ਹੈ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਮੌਜੂਦ ਹਨ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਟਾਗਰੀ ਦੇ ਲਈ ਲਗਾਤਾਰ ਐਕਸਪ੍ਰੈਸ ਐਂਟਰੀ ਡਰਾ ਕੱਢੇ ਜਾ ਰਹੇ ਨੇ ਅਤੇ ਇਨਵੀਟੇਸ਼ਨ ਜਾਰੀ ਕੀਤੇ ਜਾ ਰਹੇ ਨੇ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਅਤੇ ਜੇਕਰ ਅਸੀਂ ਲੇਟੈਸਟ ਐਕਸਪ੍ਰੈਸ ਐਂਟੀ ਡਰਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵੱਲੋਂ 13 ਮਈ ਨੂੰ ਇੱਕ ਵੱਡਾ ਐਕਸਪ੍ਰੈਸ ਐਂਟੀ ਡਰਾ ਕੱਢਿਆ ਗਿਆ ਹੈ ਜਿਸ ਦੇ ਵਿੱਚ 4147 ਐਕਸਪੀਰੀਅੰਸ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਹਨ ਅਤੇ ਇਹ ਡਰਾ ਦੇ ਵਿੱਚ CRS ਸਕੋਰ 401 ਰਿਹਾ ਅਤੇ ਕੈਨੇਡਾ ਸਰਕਾਰ ਦੇ ਵੱਲੋਂ April ਮਹੀਨੇ ਦੇ ਦੌਰਾਨ essential workers ਅਤੇ international students ਨੂੰ ਕੈਨੇਡਾ ਦੇ ਵਿੱਚ ਪੱਕੇ ਕਰਨ ਦੇ ਲਈ 6 ਨਵੇਂ ਮਾਈਗ੍ਰੇਸ਼ਨ ਟੀਮ ਦਾ ਐਲਾਨ ਕੀਤਾ ਗਿਆ ਜਿਸ ਦੇ ਲਈ ਐਪਲੀਕੇਸ਼ਨ ਦੀ ਸ਼ੁਰੂਆਤ 6 ਮਈ ਤੋਂ ਹੋਈ ਇਹਨਾਂ 6 ਟੀਮ ਦੇ ਵਿੱਚ ਇੱਕ ਟੀਮ ਜਿਸ ਟੀਮ ਦਾ ਨਾਮ international graduate ਟੀਮ ਹੈ ਉਸ ਟੀਮ ਦੇ ਲਈ ਐਪਲੀਕੇਸ਼ਨ ਦਾ ਕੋਟਾ 24 ਘੰਟੇ ਦੇ ਅੰਦਰ ਹੀ ਫੁੱਲ ਹੋ ਗਿਆ ਅਤੇ ਇਸ ਸਟ੍ਰੀਮ ਦੇ ਲਈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਪਲੀਕੇਸ਼ਨ ਨੂੰ ਕਲੋਜ਼ ਕਰ ਦਿੱਤਾ ਗਿਆ ਅਤੇ ਇਹਨਾਂ ਬਾਕੀ ਦੀਆਂ 5 ਸੀਮ ਦੇ ਵਿੱਚ 3 ਸੀਮਜ਼ ਖਾਸ ਤੌਰ ਤੇ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਰੱਖੀਆਂ ਗਈਆਂ ਹਨ ਅਤੇ ਇਹਨਾਂ ਤਿੰਨ ਇਮੀਗ੍ਰੇਸ਼ਨ ਸਟ੍ਰੀਮ ਦੇ ਲਈ ਕੋਈ ਵੀ ਅਪਲੀਕੇਸ਼ਨ ਦੀ ਲਿਮਟ ਨਿਰਧਾਰਤ ਨਹੀਂ ਕੀਤੀ ਗਈ। ਇੱਥੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੇਂ ਅੰਕੜੇ ਜਾਰੀ ਕੀਤੇ ਗਏ ਹਨ ਜਿਸ ਦੇ ਮੁਤਾਬਕ ਸਾਲ 2021 ਦੇ ਪਹਿਲੇ ਕੁਆਰਟਰ ਦੇ ਦੌਰਾਨ 70000 ਲੋਕਾਂ ਨੂੰ ਕੈਨੇਡਾ ਦੀ ਪੀਆਰ ਮਿਲੀ ਹੈ ਅਤੇ ਇਕੱਲੇ ਮਾਰਚ ਮਹੀਨੇ ਦੇ ਦੌਰਾਨ ਹੀ 22425 ਲੋਕਾਂ ਨੂੰ ਕੈਨੇਡਾ ਦੇ ਪੀਆਰ ਮਿਲੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਜਾਰੀ ਕੀਤੇ ਗਏ ਇਹ ਅੰਕੜੇ ਸਾਲ 2021 ਦੇ ਲਈ ਰੱਖੇ ਗਏ ਇਮੀਗ੍ਰੇਸ਼ਨ ਟਾਰਗੇਟ ਨੂੰ ਪੂਰਾ ਕਰਨ ਦੇ ਵੱਲ ਤੇਜ਼ੀ ਨਾਲ ਲੱਗੇ ਵਧਣ ਦੇ ਬਾਰੇ ਇਸ਼ਾਰਾ ਕਰ ਰਹੇ ਹਨ ਤੁਸੀਂ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਨਵੇਂ ਐਲਾਨ ਅਤੇ ਫੈਸਲਿਆਂ ਦੇ ਬਾਰੇ ਕੀ ਸੋਚਦੇ ਹੋ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੱਸੋ ਪੀਰ ਰਿਪੋਰਟ ਖਬਰ ਪੰਜਾਬੀ